ਸਕੂਲ ਜਾ ਰਹੀ ਲੜਕੀ ਤੇ ਤੇਜ਼ਾਬ ਸੁੱਟਣ ਦੀ ਕੋਸ਼ਿਸ਼। ਲੁਧਿਆਣਾ ਦੇ ਮੁਹੱਲਾ ਸੰਤੋਖ ਨਗਰ ਵਿਖੇ ਇੱਕ ਨੌਜਵਾਨ ਵੱਲੋਂ ਲੜਕੀ ਤੇ ਤੇਜ਼ਾਬ ਸੁੱਟਣ ਦੀ ਕੋਸ਼ਿਸ਼ ਕੀਤੀ ਗਈ, ਪਰੰਤੂ ਲੜਕੀ ਵਾਲ-ਵਾਲ ਬਚ ਗਈ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੜਕੀ ਜਦੋਂ ਸਕੂਲ ਜਾ ਰਹੀ ਸੀ ਤਾਂ ਇਸ ਦੌਰਾਨ ਉਕਤ ਨੌਜਵਾਨ ਨੇ ਉਸ ਉੱਪਰ ਤੇਜ਼ਾਬ ਸੁੱਟਣ ਦੀ ਕੋਸ਼ਿਸ਼ ਕੀਤੀ, ਪਰੰਤੂ ਖੁਸ਼ਕਿਸਮਤੀ ਇਹ ਰਹੀ ਕਿ ਤੇਜ਼ਾਬ ਸੜਕ ਤੇ ਡਿੱਗ ਪਿਆ, ਜਿਸ ਕਾਰਨ ਲੜਕੀ ਨੂੰ ਕੋਈ ਨੁਕਸਾਨ ਨਹੀਂ ਹੋਇਆ। ਲੜਕੀ ਦੇ ਰੋਣ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਮੌਕੇ ਤੋਂ ਭੱਜ ਰਹੇ ਨੌਜਵਾਨ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਲੁਧਿਆਣਾ ਤੋਂ ਅਜੀਤ ਵੈਬ ਟੀਵੀ ਲਈ ਰੁਪੇਸ਼ ਕੁਮਾਰ ਦੀ ਰਿਪੋਰਟ। ਸੁਬਹ ਮੇਰੀ ਭੈਣ ਜੋ ਹੈ ਸਕੂਲ ਜਾ ਰਹੀ ਥੀ, ਫਿਰ ਜਾਤੇ ਮੈਂ ਇੱਕ ਲੜਕਾ ਕੋਈ ਕਾਫੀ ਦਿਨੋਂ ਸੇ ਉਸਕਾ ਪੀਛਾ ਕਰ ਰਹਾ ਥਾ, ਪੀਛਾ ਕਰਤੇ ਮੈਂ ਆਜ ਜੋ ਹੈ ਉਹਨੇ ਤੇਜ਼ਾਬ ਕੀ ਬੋਤਲ ਡਾਲ ਦੀ ਉਸਕੇ ਮੂੰਹ ਪੇ, ਮਤਲਬ ਆਏ ਨਹੀਂ ਉਸਕੇ ਪਾਸ ਹੀ ਸਹੀ, ਪਾਸ ਮੈਂ ਗਿਰੀ ਉਸਕੇ ਔਰ ਬਾਕੀ ਵੋ ਬਚ ਗਈ, ਬਚ ਕੇ ਇੱਕ ਦੁਕਾਨ ਮੈਂ ਘੁਸ ਗਈ, ਫਿਰ ਦੁਕਾਨ ਵਾਲੇ ਜੋ ਹੈ ਯਹਾਂ ਪੇ ਲੈ ਆਏ ਭੈਣ ਕੋ, ਵੋ ਜੋ ਹੈ ਭਾਗ ਗਿਆ ਸਕੂਲ ਸੁਬਹ। ਕਿਤਨੀ ਉਮਰ ਹੈ ਆਪਕੇ ਭੈਣ? ਭੈਣ ਕੀ 16 ਸਾਲ। ਔਰ ਜੋ ਲੜਕਾ ਕਹਾਂ ਕਾ ਰਹਿਣੇ ਵਾਲਾ ਹੈ? ਲੜਕਾ ਯਹੀਂ ਗੱਡੀ ਪਈ ਹੈ, ਪਾਸ ਯੂਪੀ ਕਾ ਹੈ। ਤੋ ਯਹਾਂ ਪਰ ਕਿਆ ਕਾਮ ਕਰਤਾ? ਯਹਾਂ ਪੇ ਹੈਂਡ ਵਰਕ ਕਾ ਕਾਮ ਕਰਤਾ ਥਾ ਲੜਕਾ। ਹਾਂ, ਸਖਤ ਸੇ ਸਖਤ ਕਾਰਵਾਈ ਹੋਣੀ ਚਾਹੀਏ, ਉਸੇ ਸਜ਼ਾ ਮਿਲਨੀ ਚਾਹੀਏ, ਤਾਂ ਕਿ ਆਗੇ ਕਿਸੀ ਔਰ ਲੜਕੀ ਕੇ ਸਾਥ ਐਸਾ ਨਾ ਕਰੇ।